ਕੀ ਕਹਿਣ ਡਿਆ ਵਾ? ਕੀ ਆ ਜਾ ਮੈਂ ਕਹਿੰਦੀ ਵੀ ਆ ਜਾ ਨਾ। ਨਹੀਂ ਮੈਂ ਚੱਲਿਆ ਪੁੱਤ ਕੰਮ ਚੱਲਿਆ ਆਉਂਦਾ ਮੈਂ, ਬਾਏ ਮੰਮਾ। ਠੀਕ ਆ ਜਾਵਾਂ ਮੈਂ, ਓਕੇ ਬਾਏ। ਓਕੇ ਬਾਏ ਬੋਲ ਦੋ। ਨਹੀਂ ਪੁੱਤ ਮੈਂ ਆਉਂਦਾ ਠਹਿਰ ਕੇ, ਓਕੇ ਬਾਏ। ਨਹੀਂ ਆਉਣਾ ਬਚ ਆਉਂਦਾ, ਨਹੀਂ ਆਉਂਦਾ ਆਉਂਦਾ, ਓਕੇ ਬਾਏ। ਰੋਂਦਾ ਵੀ ਰੋਂਦਾ ਵੀ ਆਉਂਦਾ ਜੀ। ਮਿੱਤਰਾ ਬਈ ਇਹਨੂੰ ਖੰਘ ਲੱਗ ਗਈ। ਚਲੋ ਜੀ ਮੰਮੀ ਕੰਡੇ ਚਾਹ ਲੱਗੇ ਪੀਣ, ਚਾਹ ਬਾਬੇ ਵਾਲੇ ਕਬਲੇ ਚ ਪਾ ਲਈ। ਚਾਹ ਦੇ ਦੇ ਬਾਟਾ ਕਹਿੰਦੇ ਹੁੰਦੇ ਇਹਨੂੰ, ਬਾਟਾ ਬਾਬੇ ਵਾਲੇ ਬਾਟੇ ਚ। ਸਹੀ ਹੈ ਚੇਵੇ, ਠੰਡੀ ਹੋ ਜੂਗੀ ਛੇਤੀ। ਇਹ ਮਨੇਰ ਦੀ 5:30 ਵਜੇ ਵਾਲੀ ਚਾਹ ਹੈ। ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਇਹਦੇ ਨਾਲ ਵਲੋਗ ਦੇ ਵਿੱਚ। ਅਤੇ ਅੱਜ ਆਪਾਂ ਥੋੜ੍ਹਾ ਕੰਮ ਚੱਲੇ ਹਾਂ, ਜਾਣਾ ਆ ਬਠਿੰਡੇ ਵਾਲੀ ਸਾਈਡ 'ਤੇ ਜਾਣਾ, ਸਭ ਲੋਕਡਾਊਨ ਕਰਨਾ, ਥੋੜ੍ਹਾ ਕੰਮ ਹੈ ਜ਼ਰੂਰੀ, ਉੱਧਰ ਚੱਲੇ ਹਾਂ। ਅਤੇ ਨਾਲ ਜਾਓਗੇ ਮੰਮੀ? ਮੈਂ ਕਿਹਾ ਵੱਡੇ ਜਿਹੜੇ ਨੇ ਇਹਨਾਂ ਦਾ ਸਾਥ ਹੀ ਬੜਾ ਹੁੰਦਾ, ਅਲੱਗ ਬੈਠੇ ਨਹੀਂ ਮਾਣ ਹੁੰਦੇ। ਕਹਿੰਦੇ ਵੀ ਕਹਿੰਦੇ ਮੰਮੀ ਗੱਲਾਂ ਕਰਨ ਵਾਲੇ ਜਿਹੜੇ ਮਰਜ਼ੀ ਕਹੀ ਜਾਣ, ਜਿੰਨਾ ਚਿਰ ਇਹ ਨਾਲ ਹੈ ਨਾ, ਮਾਲ ਨਹੀਂ ਕਵਿੰਗਾ ਕਰ ਸਕਦਾ ਦੁਨੀਆਂ 'ਤੇ। ਕਹਿੰਦੀ ਵੀ ਜੇ ਤੇ ਸੂਤਰ ਜੇ ਲੱਗਾ ਮੈਨੂੰ ਵੀ ਗੱਡੀ ਚੱਲਣ ਯੋਗ ਹੈਗੀ ਆ, ਮਤਲਬ ਵੀ ਗੱਡੀ ਰੋਡ ਤੇ ਚੱਲ ਸਕਦੀ ਆ ਧੁੰਦ ਦੇ ਵਿੱਚ, ਫਿਰ ਲਿਖਣਾ। ਜੇ ਮੈਨੂੰ ਜਰਾ ਕੋਈ ਰਿਸਕ ਲੱਗਾ ਨਾ ਫਿਰ ਗੱਡੀ ਨੀ ਚਲਾਉਣੀ ਯਾਰ, ਸੀਰੀਅਸਲੀ। ਕਿਉਂਕਿ ਕੱਲ ਪਰਸੋਂ ਅੰਮ੍ਰਿਤਸਰੋਂ ਬੜੇ ਔਖੇ ਆਏ, ਜਿੱਦਾਂ ਆਏ ਨਾ ਸੀਰੀਅਸਲੀ ਬਹੁਤ ਜ਼ਿਆਦਾ ਔਖਾ। 3-4 ਵਜੇ ਸੜਕ ਤੋਂ ਮਤਲਬ ਗੱਡੀ ਉਤਰਨ ਲੱਗੀ। ਜਦੋਂ ਮੈਂ ਵਲੋਗਿੰਗ ਕੀਤੀ ਨਾ ਅੰਮ੍ਰਿਤਸਰ ਪਿੱਛੇ ਪਿੱਛੇ ਕੀਤੀ, ਅੰਮ੍ਰਿਤਸਰ ਨਹੀਂ ਧੁੰਦ ਹੈਗੀ, ਫਿਰ ਵੀ ਅੰਮ੍ਰਿਤਸਰ ਚਲੋ ਗੱਡੀ ਚੱਲਦੀ ਰਹੀ ਆ। ਇਹ ਜਦੋਂ ਘਸੀਟਪੁਰ ਪਾਰ ਕੀਤੇ ਇਹਨਾਂ ਦੇ ਧੁੰਦ, ਓਏ ਹੋਏ ਹੋ, ਬਟਾਲੇ 'ਚ ਤਾਂ ਜਿੱਦਾਂ ਪਤਾ ਨਹੀਂ ਕਿੰਨੇ ਫੜ ਕੇ ਧੁੰਦ ਵਾੜਤੀ ਹੁੰਦੀ, ਇੰਨੀ ਧੁੰਦ ਹੋ ਗਈ। ਮੈਨੂੰ ਹਿਸਾਬ ਨਾਲ ਘਸੀਟਪੁਰ ਆ ਕੀ ਹੈ ਯਾਰ, ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ ਤੇ 15 ਕਿਲੋਮੀਟਰ ਨਹੀਂ ਹੋਣਾ, ਵੀ ਨਹੀਂ ਹੋਣਾ ਮੇਰੇ ਸੁਣਾ, 15-20 ਹੋਊ ਵੱਧ ਤੋਂ ਵੱਧ। 1 ਘੰਟਾ ਲੱਗਾ ਮੈਨੂੰ, 1-1.5 ਘੰਟਾ ਇੱਥੋਂ ਆਉਂਦਿਆਂ ਲੱਗ ਗਿਆ ਮੈਨੂੰ ਹਿਸਾਬ ਲੜਨ ਦੀ, ਇੰਨਾ ਮੰਦਾ ਹਾਲ, ਇੰਨੀ ਧੁੰਦ ਸੀਗੀ। ਅਤੇ ਬਾਕੀ ਧੁੰਦ ਵੀ ਨਹੀਂ ਲੱਗਦੀ, ਮੈਨੂੰ ਲੱਗਦਾ ਪੋਲਿਊਸ਼ਨ ਆ ਜ਼ਿਆਦਾ ਜਾਂ ਕੀ ਚੱਕਰ ਕੀ ਹਿਸਾਬ ਆ, ਵੀ ਇੱਦਾਂ ਹਿਸਾਬ ਤਾਂ ਲੱਗੀ ਜਾਂਦਾ ਹੈ। ਜਦੋਂ ਪਈ ਹੈ ਯਾਰ, ਰਾਤ ਦੀ ਪਈ ਆ ਵੀ ਬਹੁਤ ਆ, ਕਿੱਦਾਂ ਡਿੱਗਣ ਡਈ ਹੈ ਠਾਨ ਗੂਰ ਜੀ, ਕਿੱਦਾਂ ਦਿਖਣ 'ਤੇ ਕੁਛ ਨਹੀਂ ਡਿਆ ਵੈਸੇ, ਦਿਖਣ ਵਾਲਾ ਕੰਮ ਔਖਾ ਜੀ। ਹੁਣ ਵੱਧ ਤੋਂ ਵੱਧ ਆ 1-2 ਦੁਕਾਨਾਂ ਦਿਖਦੀਆਂ ਹੈ। ਚੰਗੀ ਗੱਲ ਹੀ ਹਾਂ। ਚਲੋ ਸਤਿ ਸ਼੍ਰੀ ਅਕਾਲ ਦਾਦੂ ਨੂੰ, ਬਾਏ ਕਰ ਦੋ, ਬਾਏ ਕਰ ਦੋ, ਫਲੈਂਕਿਸ ਕਰ ਦੋ। ਚਲੋ ਠੀਕ ਹੈ ਡੈਡੀ, ਓਕੇ ਹਰਗੁਣ 9 ਵਜੇ ਉੱਠਣ ਵਾਲੀ ਸਵਖਤ ਉੱਠੀ ਅੱਜ, ਇਹਨੂੰ ਪਤਾ ਲੱਗਾ ਮਨੇਰ ਕਿੱਦਾਂ ਦੀ ਹੁੰਦੀ। ਵਾਜਦੇ ਕਹਿ ਮਾਛੀ ਛੇਤੀ ਕਰ ਦੋ ਆ ਜਾਓ। ਰਾਜੂ ਭਾਜੀ ਹੁਣੀ ਆ ਗਏ ਨੇ, ਹੁਣੇ ਮਾਝਾਂ ਡੀ ਦੇਣ, ਕਹਿਣ ਡੀ ਮਾਛੀ ਸਤਿ ਸ਼੍ਰੀ ਅਕਾਲ, ਕੀ ਹਾਲ
ਹਰਗੁਣ ਮਾਸੜ ਕਿੱਥੇ ਆ? ਵਾਜਣ ਦੀ ਇੱਕ ਦਿਨ ਕਹਿੰਦੀ ਮਾਸੀ ਤੇਲ ਪਵਾ ਲਈ ਗੱਡੀ ਦੇ ਵਿੱਚ ਪਹਿਲਾਂ ਹੁਣ ਰੁਪਈਆ 3000 ਦਾ ਇਹਨੂੰ ਨੀ ਹੁਣ ਨੀਂਦ ਆਉਣੀ ਜੋ ਮਰਜ਼ੀ ਕਰਦੀ ਰਹਿ ਅਜੇ ਨੀ ਆਉਣੀ ਇਹਨੂੰ ਅੱਧਾ ਘੰਟਾ ਠਹਿਰ ਕੇ ਆਉ ਨੀਂਦ ਲੈ ਵੀ ਕਰੋ ਚੱਕ ਅੱਜ ਧੁੰਦ ਹੈਗੀ ਆ ਪਰ ਥੋੜ੍ਹੀ ਘੱਟ ਆ ਜੀ ਅੱਜ ਠੀਕ ਹੈ ਮਤਲਬ ਗੱਡੀ ਚੱਲੀ ਜਾਂਦੀ 50-60 ਦੀ ਸਪੀਡ 'ਤੇ ਮਤਲਬ ਗੱਡੀ ਚੱਲਦੀ ਜਾਂਦੀ ਹੈ ਫਸਟ ਕਲਾਸ ਅਸੀਂ ਇਸ ਟਾਈਮ ਹੈਗੇ ਹਾਂ ਇਹ ਕਿਹੜਾ ਰੋਡ ਹੈ ਸੰਦੀਪ ਬਠਿੰਡਾ ਰੋਡ ਚੜ੍ਹ ਗਏ ਆਪਾਂ ਮੇਨ ਹਾਈਵੇ ਇਹ ਜਲੰਧਰ ਰੋਡ ਸੱਚ ਹੈ ਜਿਹਦੇ ਇਹ ਜਲੰਧਰ ਰੋਡ ਹਾਂ 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 ਇਹ ਜਲੰਧਰ ਰੋਡ ਆ ਅੰਮ੍ਰਿਤਸਰ ਆ ਗਏ ਮਤਲਬ ਇੱਥੇ ਪਹੁੰਚ ਗਏ ਆਪਾਂ ਮਹੂ ਪਹੁੰਚ ਗਏ ਆਪਾਂ ਅਤੇ ਮੈਂ ਕਿਹਾ ਹਵਾ ਭਰਾ ਲਈਏ ਗੱਡੀ ਦੇ ਵਿੱਚ ਇਹ ਚੱਕਾ ਪੈਂਚਰ ਆ ਚਲਾਈ ਜਾਂਦੇ ਇੱਦਾਂ ਹੀ ਹੁਣ ਕਿੱਦਾਂ ਮੈਂ ਠੰਡ ਤਾਂ ਨਹੀਂ ਲੱਗਣ ਡੀ ਮੰਮੀ ਨੇ ਵੇਖ ਕਿੱਦਾਂ ਬੈਠੀ ਹੈ ਪਹੁੰਚ ਗਏ ਆਪਾਂ ਕਰ ਦੋ ਬਾਬਾ ਠੀਕ ਬਹੁਤ ਆ ਜੀ ਆਹ ਲਵਲੀ ਦਾ ਫੇਵਰੇਟ ਫਰੂਟ ਆਈ ਤੇਰੇ ਫੇਵਰੇਟ ਟਮਾਟਰ ਇਹ ਫਰੂਟ ਆ ਉਹਦਾ ਸੱਚੀ ਹਨਾ ਭਾਅ ਜੀ ਇਹਦਾ ਭਾਅ ਜੀ ਨੇ ਕੀ ਨਾਮ ਆ ਵੇਖ ਲਾ ਮੈਂ ਤੈਨੂੰ ਕਿਹਾ ਸੀ ਨਾ ਫਰੂਟ ਆ ਇਹ ਕਹਿੰਦੇ ਟਮਾਟਰ ਦੇ ਉੱਤੇ ਪਹੁੰਚੇ ਮੈਂ ਦੇ ਤੇਰੇ ਤੇ ਰਾਸ਼ਨ ਖੁੱਲ ਵੀ ਗਿਆ ਹੋਵੇ ਕਿੱਦਾਂ ਮੈਨੂੰ ਵੀ ਭੁੱਖ ਲੱਗੀ ਮੈਂ ਵੀ ਆਵਾਂ ਦੀ ਵੀ ਖਾਣ ਦੀ ਭੁੱਖ ਲੱਗ ਹੀ ਜਾਂਦੀ ਯਾਰ ਕੀ ਕਰੀਏ ਅੱਜ ਤੁਹਾਨੂੰ ਤਾਂ ਠੀਕ ਆ ਵੀ ਕਿ ਨਹੀਂ ਤੇ ਉੱਧਣ ਤੇ ਮੈਂ ਨਾ ਵਲੋਗ ਵਲਾਗ ਆਪ ਹੀ ਨਹੀਂ ਸ਼ੂਟ ਕੀਤਾ ਮੈਂ ਜਾਣ ਤੇ ਜਹਾਨ ਆ ਭਰਾਵਾ ਬਹੁਤ ਮੰਦੇ ਵਾਲੀ ਉੱਧਣ ਅੱਜ ਠੀਕ ਸੀ ਹਰ ਗੁਣ ਅਜੇ ਸੁੱਤੀ ਆ ਹੈ ਇਹਨੇ ਜਦੋਂ ਉੱਥੇ ਪਹੁੰਚਣਾ ਨਾ ਇਹਨੇ ਉੱਠ ਜਾਣਾ ਵੇਖੀ ਮੇਰੀ ਰੋਟੀ ਆ ਕਹੋ ਉਤਰੋ ਦਾਦੀ ਕਿ ਮਜ਼ਾ ਆਇਆ ਤੂੰ ਤਾਂ ਸੁੱਤਾ ਰਿਹਾ ਕਾਹਦਾ ਮਜ਼ਾ ਆਇਆ ਹੈ ਇਹਦੇ ਕੱਪੜੇ ਚੇਂਜ ਕਰਨੇ ਹੁਣ ਚਲੋ ਜੀ ਕੱਪੜੇ ਚੇਂਜ ਕਰ ਲਓ ਨਹੀਂ 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 ਮੈਨੂੰ ਕਹੋ ਕਿ ਪਾਪਾ ਨਹੀਂ ਨਹੀਂ ਕਰ ਲਓ ਮਾਂ ਜਾ ਰੱਬ ਰੱਬ ਕਰ ਗਾ ਹੈ ਰੱਬ ਰੱਬ ਕਰੋ ਆ ਵੈਰੀ ਗੁੱਡ ਨਹੀਂ ਨਹੀਂ ਲੱਡੂ ਮੇਰਾ ਪੋਤੀ ਮੇਰਾ ਚਲੋ ਆਈ ਆਈ ਨਵਾਂ ਸੂਟ ਲੱਗਾ ਪੁੱਤ ਪਾਉਣ ਨਵਾਂ ਸੂਟ ਆਏ ਹੋਏ ਧੀ ਜਾਮ ਕਰੋ ਚੱਕ ਜਾਮ ਨੇ ਤੇ ਅੱਤ ਕਰਾਤੀ ਪੂਰੀ ਯਾਰ ਟਰੱਕ ਹੀ ਟਰੱਕ ਹੋ ਗਏ ਯਾਰ ਬਹੁਤ ਅੱਤ ਹੋ ਗਈ ਆ ਟਰੱਕਾਂ ਵਾਲੀ ਤੇ ਵੇਖੋ ਯਾਰ ਲਾਗੇ ਚੱਲ ਹਾਂ ਸਹੀ ਕਰ ਪੈਦਲ ਹੀ ਪਾਲਕੀ ਸਾਹਿਬ ਵਾਹਿਗੁਰੂ ਵਾਹਿਗੁਰੂ ਰੇਹੜੀ ਦੇ ਉੱਪਰ ਆ ਗਿਆ ਸੰਦੀਪ ਕਹਿੰਦੇ ਵੀ ਆਹ ਪੁਲ ਪਤਾ ਨਹੀਂ ਕਦੋਂ ਬਣ ਆਈ ਆ ਤੇ ਇਹ ਮੋਦੀ ਸਾਹਿਬ ਜੀ ਜ਼ਰੂਰ ਜਲਦੀ ਜਲਦੀ ਕਰੋ ਕੰਮ ਇਹ ਵਾਲਾ ਪੁਲ ਵਾਲਾ ਕੰਮ ਕਰ ਦਿਓ ਬਸ ਕਿਉਂਕਿ ਮੈਨੂੰ ਲੱਗਦਾ ਕੇਂਦਰ ਸਰਕਾਰ ਦੇ ਹੱਥ 'ਚ ਆ ਇਹ ਕੰਮ ਹਾਈਵੇ ਜਿਹੜੇ ਮੇਨ ਆ ਹਾਂ ਯਾਰ ਇਹਨਾਂ ਰਾਹ ਹੀ ਬੰਦ ਕਰਤਾ ਯਾਰ ਆਹ ਜਿਹੜਾ ਬਟਾਲੇ ਨੂੰ ਐਂਟਰ ਹੋਣਾ ਸੀ ਇੱਧਰ ਨੂੰ ਹੋਰ ਪੁਲ ਪਲ ਜੇ ਬਣਾਈ ਜਾਂਦੇ ਆ ਪਹੁੰਚ ਗਏ ਅਸੀਂ ਆਪਣੇ ਸਲੂਨ 'ਤੇ ਜਿਹੜਾ ਰੈਡੀ ਹੋ ਰਿਹਾ ਵਾ ਹਰਗੁਣ ਫਿਰ ਉੱਠ ਕੇ ਸੁੱਤੀ ਸੀ ਹਰਗੁਣ ਸੁੱਤੀ ਸੀਗੀ ਉੱਠ ਖਲੋਤੀ ਹੈ ਵੀ ਹੁਣ ਆ ਜਾਓ ਕੀ ਹਾਲ ਜੇ
ਲਿਆ ਲਿਆ ਮੁੰਡਾ ਵੀ ਆਇਆ, ਸ਼ੇਰ ਸਾਹਿਬ ਹੁਣੀ ਵੀ ਆਏ ਨੇ। ਕੀ ਹਾਲ ਜੇ, ਚੰਗਾ ਟਾਈਮ ਨਾ ਆਇਆ ਜੇ ਭਾਈ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ? ਬਸ ਸਭ ਬਣ ਗਏ ਬਕਸੇ, ਐਵੇਂ ਬਣਨੇ ਕੁਛ, ਬਹੁਤ ਵਧੀਆ ਫਸਟ ਕਲਾਸ ਹੋ ਗਿਆ ਕੰਮ। ਅਤੇ ਇਹਦੇ ਅੰਦਰ ਲਾਈਟ ਲੱਗ ਲੈਣੀ ਹੈ। ਉਹ ਆਇਆ ਮੁੰਡਾ ਉਹ ਆਪਣਾ ਬਿਜਲੀ ਵਾਲਾ, ਪਰ ਉਹਦਾ ਕੰਮ ਹੀ ਨਹੀਂ ਆਵਾਜ਼। ਹਾਂ ਨਹੀਂ, ਸਹੀ ਸਹੀ ਸਹੀ, ਬਸ ਸਹੀ ਸਹੀ, ਬਸ ਉਹਨਾਂ ਨੇ ਕਰਨਾ। ਅੱਛਾ, ਬਸ਼ੇਰੀਆਂ ਰਹਿ ਗਈਆਂ ਹੁਣ। ਜਿਨ੍ਹਾਂ ਨੇ ਮੈਂ ਆਇਆ ਕਰਨਾ ਉਹ ਭਰਾ ਆਉਂਦੇ ਨੀ ਛੇਤੀ ਸ਼ੇਰਾ ਮਾਰਨ, ਕਹਿੰਦੀ ਵੀ ਸੱਸੀ ਕੀਤੀ ਫੋਨ, ਸੱਸੀ ਕਿਆ ਕਰ ਦੋ, ਕਿੰਨਾ ਠੀਕ ਹੈ ਕੰਮ। ਦਵਾ ਲੈਣੀ ਦਵਾ ਲੈਣੀ ਉਹ ਪੂਰੀ, ਮੈਂ ਕਹਿੰਦਾ ਵਧੀਆ ਕੰਮ ਕਰਨਾ, ਕਲੋਕ ਲਾ ਕੇ ਜਿਹੜੇ ਲੱਗਣ। ਮੈਂ ਚੱਲ ਕੁਲਚਾ ਖਾ ਲਈਏ ਸੰਦੀਪ ਹੁਣੀ ਦੇ ਅੰਦਰ, ਸੰਦੀਪ ਹੁਣੀ ਦੇ ਅੰਦਰ ਬੈਠ ਕੇ ਖਾਣ ਡੇ, ਪਰ ਮੈਂ ਗੱਡੀ 'ਤੇ ਬਹਿ ਗਿਆ ਕਿਉਂਕਿ ਅੰਦਰ ਜਗ੍ਹਾ ਫਿਰ ਨਹੀਂ ਹੈਗੀ, ਕੋਈ ਮਿਲ ਗਿਆ ਸੀਗਾ ਅਤੇ ਫਿਰ ਉਹ ਬੈਠੇ ਹੋਏ ਅੰਦਰ। ਘਰ ਪਹੁੰਚ ਗਏ ਹਾਂ, ਏਜੰਸੀ ਕਿਹਾ ਨਾਲੇ ਗੱਡੀ ਦੇ ਵਿੱਚ ਨਾ ਸ਼ੀਸ਼ੇ 'ਚ ਪ੍ਰੋਬਲਮ ਜੀ ਆਈ ਆ, ਅਤੇ ਉਹ ਕਹਿੰਦੇ ਵੀ ਕੋਈ ਨਾ 2 ਸਾਲ ਦੀ ਕਿ 3 ਸਾਲ ਦੀ ਗਰੰਟੀ ਹੈ ਗੱਡੀ ਦੀ, ਅਤੇ ਹੋ ਜੂਗੀ ਸਹੀ। ਅਤੇ ਮੈਂ ਕੋਈ ਨਾ ਹੁਣ 2 ਘੰਟੇ ਉੱਦਾਂ ਲੱਗਣਾ ਸੀ, ਅਤੇ ਹੁਣ ਮੇਰੇ ਕੋਲ ਟਾਈਮ ਹੈ ਨਹੀਂ। ਮੈਂ ਕਿਹਾ ਬਸ ਸਹੀ ਯਾਰ, ਜਦੋਂ ਹੁਣ ਸਰਵਿਸ ਕਰਾਵਾਂਗਾ ਨਾ ਉਦੋਂ ਕਰਵਾਵਾਂਗਾ ਮੈਂ। ਕੀ ਖਾਣੀ, ਕੀ ਖਾਣੀ, ਉੱਥੋਂ ਲਵਾ ਲਿਆ ਜੀ। ਕੀ ਖਾਣੀ ਅਰਗੁਣ, ਕੀ ਕੀ ਜਾਂਦੀ ਹੈ, ਕੀ ਕਹਿਣ ਡਿਆ, ਕੀ ਕਹਿੰਦਾ ਆ? ਚੱਲ ਚੰਗਾ ਫਿਰ ਮੈਂ ਚੱਲਿਆ ਜੀ। ਆ ਜਾ ਮੈਂ, ਕਹਿੰਦੀ ਵੀ ਆ ਜਾਓ ਨਾ। ਨਹੀਂ ਮੈਂ ਚੱਲਿਆ ਪੁੱਤ, ਕੰਮ ਚੱਲਿਆ ਆਉਂਦਾ ਮੈਂ, ਬਾਏ ਮਮਨਾ ਆ। ਠੀਕ ਆ, ਜਾਵਾਂ ਮੈਂ, ਓਕੇ ਬਾਏ, ਓਕੇ ਬਾਏ ਬੋਲ ਦੋ। ਨਹੀਂ ਪੁੱਤ ਮੈਂ ਆਉਂਦਾ ਠਹਿਰ ਕੇ, ਓਕੇ ਬਾਏ। ਨਹੀਂ ਆਉਣਾ ਬਚ, ਆਉਂਦਾ ਨਹੀਂ, ਆਉਂਦਾ ਆਉਂਦਾ, ਓਕੇ ਬਾਏ। ਰੋਂਦਾ ਵੀ, ਰੋਂਦਾ ਵੀ, ਆਉਂਦਾ ਮੈਂ। ਹੈ ਨਹੀਂ ਨਹੀਂ ਯਾਰ, ਨਾ ਨਾ ਮੱਥੇ ਤਾਂ ਨਾ ਯਾਰ, ਸਾਈਡਾਂ ਵੀ ਲਾ ਦਿਓ ਯਾਰ, ਆ ਦੇਣੀਆਂ ਵੀ ਯਾਰ ਸਾਈਡਾਂ, ਕਿ ਨਹੀਂ ਤੇ ਵੇਖੋ ਕੋਈ ਨਾ ਹਿਸਾਬ ਤਾਂ ਜੇ ਲਾ ਕੇ ਲੈ ਵੀ। ਹੁਣ ਇੱਥੇ ਲੱਗਾ ਵਾਲਪੇਪਰ ਲਾਉਣ, ਇੱਥੇ ਇੱਧਰ ਲਾ। ਹਾਂਜੀ ਲਓ ਵੀ ਮਿੱਤਰੋ, ਇੱਧਰ ਭਾਜੀ ਲੱਗੇ ਆ ਵਾਲਪੇਪਰ ਲਾਉਣ ਡੇ ਆ, ਅਤੇ ਕਿੱਦਾਂ ਲੱਗਣ ਡਿਆ ਵਾਲਪੇਪਰ ਲਾ ਕੇ? ਪੂਰੀ ਗੱਲਬਾਤ ਇੱਧਰ ਭਾਜੀ ਵੀ ਲੱਗੇ ਆ, ਭਾਜੀ ਇੱਧਰ ਸਾਹਮਣੇ ਗੋਲਡਨ ਪੱਤੀਆਂ ਲਾਈ ਜਾਣ ਡੇ ਆ, ਉੱਧਰ ਟੇਬਲ ਤਿਆਰ ਕਰਨਾ ਵਾ।
ਇਧਰ ਵੀ ਲਾਤਾ ਉਹ ਮੈਂ ਕਮਰੇ ਚ ਲਾਇਆ ਉਹ ਵੇਲੇ ਚ ਸਾਹਮਣੇ ਚ ਇਹਦੇ ਚ ਲਾਇਆ ਕੱਢੀ ਜਾਂਦੇ ਜੋ ਆਹੋ ਤੁਹਾਨੂੰ ਦੱਸਿਆ ਕੰਨਾ ਕੁਆਲ ਪੇਪਰ ਲਾਤਾ ਹੈ ਇੱਧਰ ਆਹ ਲਾਇਆ ਯਾਰ ਪਹਿਲਾਂ ਇੱਕ ਆਹ ਕੰਧ ਲਾਈ ਫਿਰ ਆਹ ਸਾਹਮਣੇ ਲਾਈ ਹੁਣ ਆਹ ਦੋ ਪੀਸ ਅਜੇ ਲਾਏ ਆ ਜਿਹੜੇ ਹੁਣ ਬਸ ਇੱਥੇ ਆਹ ਦੋ ਲਾਈਏ ਅਤੇ ਕੰਪਲੀਟ ਫਿਰ ਛੁੱਟੀ ਚੱਲ ਚੱਲੀਏ ਹੁਣ ਠੀਕ ਆ ਵੇਲਾ ਸਨੋਅ ਪੈਣ ਡੀ ਉੱਡਣ ਬੁਰਾ ਡਿਆ ਆ ਬੁਰਾ ਹੀ ਬੁਰਾ ਹੈ ਬਹੁਤ ਸਾਫ਼ ਸਫਾਈ ਹੋਣ ਵਾਲੀ ਯਾਰ ਮੰਦੇ ਹੀ ਹਾਲ ਆ ਚਾਬੀ ਇਹਦੀ ਮੈਨੂੰ ਦੁਕਾਨ ਦੀ ਵੀ ਨਹੀਂ ਕੱਢੀ ਦੱਸ ਓਕੇ ਇੱਥੇ ਇਹਨੇ ਇੰਜਣ ਬਾਲਣਾ ਇਹਨੇ ਛੇਤੀ ਕਰ ਦੋ ਛੇਤੀ ਕਰ ਦੇ ਇਹਨੇ ਬੜੀ ਸ਼ਤਾਨੀ ਕਰਨ ਡਈ ਹੈ ਕਹਿੰਦੀ ਦਾਦੂ ਕੋ ਜਾਣਾ ਤੇ ਅੰਕਲ ਹੁਣੀ ਸੁੱਤੇ ਨੇ ਅੰਡੀ ਚ ਬੈਠੇ ਨੇ ਲੈ ਵੀ ਟਿੱਡਾ ਵੀ ਆ ਗਿਆ ਆਜੋ 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 ਇਹ ਤੁਰਦਾ ਹੋਇਆ ਕਦਾਈ ਸ਼ਤਾਨੀ ਕਰਨ ਹਟਦੀ ਨੀ ਕਿ ਚਲੋ ਚਲੋ ਚਲੀਏ ਚਲੋ ਹੁਣ ਆਪਣੀ ਜਾਣ ਦੀਆਂ ਤਿਆਰੀਆਂ ਹੋ ਗਈਆਂ ਨੇ ਉਹ ਕਾਕੇ ਨੂੰ ਵਾਸਤੇ ਹਰਗਣ ਮਿਲਣ ਵਾਸਤੇ ਆਈ ਤੇ ਉਹ ਸੁੱਤਾ ਆਇਆ ਹੁਣ ਉਹਨੂੰ ਅਸੀਂ ਆਪ ਹੀ ਨਹੀਂ ਠਾਇਆ ਮੈਂ ਕਿਹਾ ਮੁੜ ਕੇ ਫਿਰ ਇਹਨੇ ਤੰਗ ਕਰਨਾ ਬਹੁਤ ਜ਼ਿਆਦਾ ਚੱਲੀਏ ਚਲੋ ਚੱਲੀਏ ਚਲੋ ਬਾਏ ਕਰ ਦਿਓ ਸਾਰਿਆਂ ਦਾਦੂ ਕਿੱਥੇ ਦਾਦੂ ਦਾਦੂ ਕਿੱਥੇ ਸੌਂ ਗਏ ਸੌਂ ਗਏ ਸੌਂ ਗਏ ਕੌਣ ਇਹ ਕਰਦੇ ਇਹਨੂੰ ਪਤਾ ਲੱਗ ਗਿਆ ਹੁਣ ਕੇ ਅਸੀਂ ਪੈਦਲ ਆਉਣ ਡੇ ਧੁੰਦ ਕਰੋ ਚੱਕ ਜਰਾ ਹੋ ਅੱਜ ਫੇਰ ਰਾਤ ਹੋ ਗਈ ਧੁੰਦ ਵਾਲੀ ਦੇ
ਆਪਣੀ ਗਲੀ ਜਾ ਵੇਖ ਲਓ ਗੱਡੀ ਕੀ ਆ, ਮੈਂ ਬਿਲਕੁਲ ਗੱਡੀ ਦੇ ਨੇੜੇ ਹੀ ਤੇ ਗੱਡੀ ਨਹੀਂ ਦਿਖਣ ਡਈ, ਕਿੰਨੀ ਮਤਲਬ ਘੱਟ ਗੱਡੀ ਦਿਖਣ ਡਈ ਆ ਵੇਖ ਲਓ ਹੈ। ਅਤੇ ਆਪਣੀ ਗਲੀ ਦੇ ਉਹ ਫਰੰਟ ਵਾਲੇ ਘਰ ਹੀ ਨਹੀਂ ਲੱਭਣ ਡੇ ਵੀ ਅੱਗੇ ਜਿਹੜੇ ਆ ਕੀ ਆ, ਗੱਡੀ ਦੇ ਲਾਗੇ ਖਲੋਤਾ ਆ ਦੱਸ ਵੀ ਆ, ਦੋ ਚਾਰ ਘਰ ਹੀ ਆ ਵੀ, ਇਹ ਦੋ ਘਰ ਆ ਵਿੱਚ ਬਸ, ਅਤੇ ਇਸ ਤੋਂ ਅੱਗੇ ਘਰ ਲਾਸਟ ਵਾਲਾ। ਕਿੰਨਾ ਮੰਦਾ ਹਾਲ ਆ ਯਾਰ, ਉਹ ਘਰ ਆ ਗਏ ਹਾਂ ਅਤੇ ਕਹਿੰਦੀ ਜੀ ਨਾ ਅੱਜ ਦੁਪਹਿਰੇ ਪੈਰ 'ਤੇ ਸੱਟ ਲੱਗ ਗਈ, ਪੌੜੀਆਂ ਤੋਂ ਡਿੱਗਦੀ ਸੀਗੀ ਪਰ ਬਚਾਅ ਹੋ ਗਿਆ, ਪੈਰ ਮੁੜ ਗਿਆ ਅਤੇ ਬਚਾਅ ਹੋ ਗਿਆ, ਫੋਨ ਕੀਤਾ ਹਾਲ ਚਾਲ ਪੁੱਛਿਆ, ਹੁਣ ਮੈਂ ਨਹੀਂ ਹੋ ਸਕਿਆ, ਮੈਂ ਤਾਂ ਸੰਦੀਪ ਕੱਲ੍ਹ ਜਾਵਾਂਗੇ ਅਤੇ ਨਾਲੇ ਹਾਲ ਚਾਲ ਪੁੱਛਾਂਗੇ। ਉੱਦਾਂ ਠੀਕ ਹੈ ਹੋਈ ਗੱਲ ਨਾ, ਅਤੇ ਮੰਮੀ ਗਏ ਹੋਏ ਨੇ ਉੱਧਰ ਕਰਨ ਦੀ ਵੱਲ, ਮੈਂ ਚੱਲ ਤੁਸੀਂ ਚੱਲ ਜਾਓ ਵੀ ਥੋੜ੍ਹਾ ਚਿਰ ਲੱਗੋ, ਆਸਾਂ ਹੋ ਜਾਓ, ਪੈਰ ਨੂੰ ਦਰਦ ਜੀ ਹੋਣ ਦੀ ਬਹੁਤ ਜ਼ਿਆਦਾ, ਹੁਣ ਸਵੇਰੇ ਪਤਾ ਲੱਗੂ ਕਿੰਨਾ ਕੁ ਸੋਚ ਪਈ ਕੀ ਹਿਸਾਬ ਕਿਤਾਬ ਆ। ਬਾਕੀ ਇਹ ਵੀ ਹੱਡੀ ਦਾ ਬਚਾਅ ਹੋ ਗਿਆ, ਕਿਰਪਾ ਹੋ ਗਈ ਮਹਾਰਾਜ, ਬਚਾਅ ਹੋ ਗਿਆ ਵਾ, ਕਿਉਂਕਿ ਇਹਨੇ ਪੌੜੀਆਂ ਨੂੰ ਫੜ ਲਿਆ ਵਾ, ਪਤਾ ਨਹੀਂ ਲੰਕੇ ਹਾਣੀ ਕੀ ਬਣਿਆ ਕੀ ਨਹੀਂ, ਜਾ ਹੁਣ ਪਤਾ ਲੱਗੂਗਾ ਜੀ। ਅੱਜ ਦਾ ਪਤਾ ਵਧੀਆ ਲੱਗਾ, ਲਾਈਕ ਮੈਂ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਦੇ ਹਾਂ, ਮਿਲਦੇ ਹਾਂ ਕੱਲ੍ਹ ਨਵੀਂ ਵੀਡੀਓ ਨਾਲ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।